ਜਿਹੜੇ ਇਨਸਾਨ ਕੀ ਚਾਰ ਚੀਜ਼ਾਂ ਦੀ ਅਹਿਮੀਅਤ ਨੂੰ ਪਹਿਚਾਣ ਜਾਏਗਾ ਉਹਨਾਂ ਦਾ ਲੋਕ ਵੀ ਸੁਧਰ ਜਾਏਗਾ ਅਤੇ ਪਰਲੋਕ ਵੀ ਸੁਧਰ ਜਾਏਗਾ। ਅੰਮ੍ਰਿਤ ਬਾਣੀ ਦੇ ਵਿੱਚ ਤੁਸੀਂ ਹਾਲੇ 19 ਸ਼ਬਦ ਪੜ੍ਹੇ ਹੈ, ਮਾਤ ਪਿਤਾ ਬਾਂਦਰ ਸੁਧ ਧਾਰਾ ਅੰਨ ਧਨ ਸਾਜਨ ਸਖਾ ਪਿਆਰਾ ਅੰਤ ਕਾਲ ਦੇ ਸਕੀ ਨਾ ਸਹਾਰਾ ਰਾਮ ਨਾਮ ਤੇਰਾ ਤਾਰ। ਸਾਨੂੰ ਤਾਰਨ ਵਾਲਾ ਇੱਕ ਪਰਮਾਤਮਾ ਦਾ ਨਾਮ, ਰਾਮ ਦਾ ਨਾਮ। ਅਗਰ ਰਾਮ ਦੇ ਨਾਮ ਦੇ ਉੱਤੇ ਪੱਥਰ ਤਰ ਸਕਦੇ ਆ ਅਸੀਂ ਲੋਕ ਵੀ ਤਰ ਸਕਦੇ। ਰਾਮ ਦਾ ਨਾਮ ਲੈ ਕੇ ਸ਼ੰਕਰ ਭਗਵਾਨ ਵਿਸ਼ਨੂੰ ਗ੍ਰਹਿਣ ਕਰਕੇ ਨੀਲ ਕੰਠ ਬਣ ਸਕਦੇ ਆ ਕਿਆ ਅਸੀਂ ਨਹੀਂ ਕਰ ਸਕਦੇ? ਰਾਮ ਦੇ ਨਾਮ ਦੇ ਵਿੱਚ ਬੜੀ ਤਾਕਤ। ਜਿਹੜਾ ਵੀ ਇੱਕ ਵਾਰੀ ਇਸ ਦਾ ਸਿਮਰਨ ਕਰ ਲੈਂਦਾ ਹੈ, ਮਹਾਰਾਜ ਕਹਿੰਦੇ ਆ ਉਹ ਹਵ ਸਾਗਰ ਤੋਂ ਬਾਹਰ ਹੋ ਜਾਂਦਾ ਹੈ। ਅੱਜ ਕਥਾ ਦਾ ਪ੍ਰਸੰਗ ਗਦ ਮਾਂ ਦੀ ਉਸ ਕਾਲ ਕੋਠਰੀ ਦੇ ਵਿੱਚ ਜਿਸ ਵਕਤ ਜੀਵ ਸਵਾਸ ਲੈ ਰਿਹਾ ਉਸ ਵਕਤ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਦਾ, ਪ੍ਰੇਰਨਾ ਕਰਦਾ, ਕਹਿੰਦਾ ਹੇ ਮਾਲਕਾ ਮੈਨੂੰ ਇਸ ਕਾਲ ਕੋਠਰੀ ਦੇ ਵਿੱਚੋਂ ਬਾਹਰ ਕਦਮ ਕੱਢੇਗਾ, ਅਗਰ ਮੈਨੂੰ ਛੁਟਕਾਰਾ ਦਿਖਾ ਦੇਗਾ ਨਾ ਮੈਂ ਤੇਰੇ ਚਰਨਾਂ ਦਾ ਸਿਮਰਨ ਕਰਾਂ। ਦੇਖੋ ਅਸੀਂ ਇਸ ਵਕਤ ਮੁਸੀਬਤ ਵਿੱਚ ਹੁੰਦੇ ਹਾਂ, ਉਸ ਵਕਤ ਪਰਮਾਤਮਾ ਵਾਹਿਗੁਰੂ ਈਸ਼ਵਰ ਦਾ ਪੰਡਿਤ ਦੇਵਰਾਜ ਜੀ ਇੱਕ ਐਸੀ ਸ਼ਖਸੀਅਤ ਸੀ ਜਿਨ੍ਹਾਂ ਨੇ ਆਪਣੇ ਨਾਮ ਨੂੰ ਸਾਰਥਕ ਕਰਦੇ ਹੋਏ ਇੱਕ ਦੇਵਤਾ ਸਵਰੂਪ ਆਪਣਾ ਜੀਵਨ 14 ਫਰਵਰੀ ਨੂੰ ਜਨਮੇ 38 ਨੂੰ ਔਰ 80 ਸਾਲ ਤੱਕ ਇਸ ਸਮਾਜ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ। ਦੇਵਰਾਜ ਜੀ ਨੇ ਜਿੱਥੇ ਪਰਿਵਾਰ ਸੇਵਾ ਕੀਤੀ ਜਾਂ ਪਰਿਵਾਰ ਨਾਲ ਇੱਕ ਬੁਲੰਦੀਆਂ ਨੇ ਅਪਣਾਇਆ ਉੱਥੇ ਸਮਾਜ ਦੀ ਵੀ ਬਹੁਤ ਸੇਵਾ ਕੀਤੀ, ਧਰਮ ਦੀ ਬਹੁਤ ਸੇਵਾ ਕੀਤੀ। ਆਪਦੇ ਲਈ ਤਾਂ ਸਾਰੇ ਕਰਦੇ ਆ, ਔਰ ਜੋ ਇਨਸਾਨ ਸਮਾਜ ਦੀ ਸੇਵਾ ਕਰਦਾ ਉਹ ਸਦਾ ਹੀ ਲੋਕਾਂ ਦੇ ਵਿੱਚ ਰਹਿੰਦਾ। ਮੇਰਾ ਵੀ ਉਹਨਾਂ ਦੇ ਨਾਲ ਕਾਫੀ ਦਿਨਾਂ ਦਾ ਵਾਸਤਾ ਹੈ। ਇਹੋ ਜਿਹਾ ਨੇਕ ਇਨਸਾਨ ਬਹੁਤ ਦੁਨੀਆਂ 'ਚ ਘੱਟ ਆਉਂਦੇ ਹੈ। ਇਹਨੇ ਮੇਰੇ ਵੀਰਾਂ ਨੂੰ ਬਹੁਤ ਵੱਡੀ ਕਾਟ ਪਈ ਹੈ, ਬਾਪ ਕਿੰਨੀ ਕਿ ਉਮਰ ਦਾ ਕਿਉਂ ਨਾ ਹੋਵੇ, ਪਿਤਾ ਦੇ ਜਾਣ ਦੇ ਨਾਲ ਜੋ ਬੱਚਿਆਂ ਨੂੰ ਕਾਟ ਪੀਤੀ ਉਹ ਨਾ ਪੂਰੀ ਮਾਨ ਹੋਣ ਵਾਲੀ ਹੋਈ। ਸਾਡੇ ਵਿੱਚੋਂ ਬਹੁਤ ਹੀ ਨੇਕ, ਬਹੁਤ ਹੀ ਵਧੀਆ ਪਰਸਨੈਲਿਟੀ ਇਨਸਾਨ ਦੇਵਰਾਜ ਜੀ ਚਲੇ ਗਏ, ਲੇਕਿਨ ਉਹਨਾਂ ਦੇ ਕੀਤੇ ਕੰਮ ਸਾਨੂੰ ਹਮੇਸ਼ਾ ਦਾ ਯਾਦ ਰਹਿਣਗੇ। ਡਾਕਟਰ ਵਾਲੀਆ ਜੀ ਉਹਨਾਂ ਦੇ ਜੀਵਨ ਬਾਰੇ ਦੱਸ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ ਉਹ ਜਿੱਥੇ ਉਹਨਾਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਉੱਥੇ ਸਮਾਜ ਦੀ ਸੇਵਾ ਕੀਤੀ, ਧਰਮ ਦੀ ਸੇਵਾ ਕੀਤੀ। ਇਹ ਕਿਸੇ ਇਨਸਾਨ ਦੀ ਸਹੀ ਪਹਿਚਾਣ ਬਣੀ ਹੈ। ਤਿੰਨੋਂ ਬੇਟੇ ਬਹੁਤ ਹੀ ਨੇਕ ਹੈ, ਬਹੁਤ ਹੀ ਸਹਿਯੋਗੀ ਹੈ, ਇੱਕ ਸਫਲ ਉਦਯੋਗਪਤੀ ਹੈ। ਔਰ ਮੈਂ ਮਹਿਸੂਸ ਕਰਦਾ ਵਾ ਕਿ ਅੱਜ ਦੇ ਸਮੇਂ ਦੇ ਇਨਸਾਨ ਨੂੰ ਖਰਦਾ ਖਰਬਾ ਰੁਪਏ ਹੋਣ ਜੇ ਉਹ ਇਲਾਜ ਚੰਗੀ ਨਹੀਂ ਹੈ ਕਹਿਣੇ ਕਾਰ ਨਹੀਂ ਹੈ, ਸਮਾਜ ਰੁਤਬਾ ਨਹੀਂ ਹੈ, ਲੋਕ ਬੰਦ ਬੰਦ ਨੂੰ ਯਾਦ ਨਹੀਂ ਕਰਦੇ। ਨਾਮ ਸਾਹ ਹਰੀ ਹਰ ਮੋਕਤਮ ਕਰਤਲੇ ਵੀ ਕਰ ਕੰਦਨਮ ਸਰਵਾਂਗੇ ਹਰੀ ਕੰਦਨਮ ਸੁਮਕੇਜ ਮੁਕਤਾਵਲੀ ਕੋਪੀ ਸਤਰੀ ਪਰੇ ਵੇਸ਼ਟ ਵਿੱਚ ਦੇਹੀ ਮੋਪਾਲੀ। Yeah,
ਕੀ ਹਾਲ ਚਾਲ ਹੈ Namaskar, namaskar, namaskar.
Thank you.
Thank you.
जन्म का कारण है कि मौत का कारण वो
उस परमात्मा ने पहले बना के हरी मरमर के शरीर आशा कृष्ण नाम क्या है। आज तक मैं फिर उस माया के जंजाल में फंस गया, मैंने छुटकारा देता, मैंने हिंसा देता, दुखी बंदे को जाने कहते माड़ा कम ना करो, प्रभु मेरा दुख ठीक हो जाएगा, मैं तेरे चरणा का सिमरन करा। ये परमात्मा उनके कष्टों को उनके दुख को दूर कर देते हैं। बाद में कहते परमात्मा है कि असि चार शरीर बैठे हैं, दसो रब को किसने देखे, रब का की रंग है, रब का की रूप है, कि पास आ रहे हैं, कि पास लैके जा रहे हैं, तुम दसो किसी को पता है। रब का कन कन रोम रोम च भी राजमान है, पर साढ़े को देखने वाले को ज्ञान चक्षु नेत्र नहीं, जेड़े के मन ने परमात्मा याद करके भगवान को प्रगट करते साडे को शक्ति नहीं, साडे को ताकत नहीं, असी अज्ञानता दे मोह माया दे जंजाल दे विच असी शमशान भूमि जाने की कहने हैं। असी भी एक दिन इतने आए, साडे भी फोटो लगनी, महाराज कहते हैं किन्ना दिनों ज्ञान हो गए जब शमशान के जो पार आना है, फिर की होता है कि सारी दुनिया के नाल जो होगा सो देखा जाए। वेद पुराण शास्त्र की कथा पढ़नी है, पहली गल तो द्वेश की असं मान लो कि किसी शोक सभा में ही जाते हैं, पहले तो जाते असं टैम के टैम से, दूजे नंबर के भाई ग्रंथी गुरु संन्यासी उदासी की उपदेश दे रहे हैं वह ध्यान नहीं करते, अगर वह ध्यान करने हैं तो ज्ञान को प्राप्त नहीं करते, कि ज्ञान को प्राप्त नहीं करते तो सानू ये ज्ञान का लाभ की दसिया, सानू कोई लाभ नहीं दसिया, जबकि गुरबाणी में शब्द भी लिख दिता है कि सानू सरकार सब लग गए हो कौन निभ्यो साथे कहो नानक इस विपत में एक एक दरगुना, मुसीबत आ गई ते तेनु लग लग गया, अगर खुशी है ते परमात्मा को दूर चला गया, बाकी देखो सजनों जाना सब नहीं है, कोई चार दिन अगे जा रहे हैं, कोई चार दिन पीछे जा रहे हैं, मरण मरण के थोड़ा अंतर दसिया गया, मौत ने बाल अवस्था नहीं देखी, मौत ने जवानी नहीं देखनी, मौत ने बुढ़ापा नहीं देखी। आज शर्मा परिवार हिंद मैटल वर्कस जेडी के वो बुजुर्ग का एक पौधा है, अज आकाश दिया बुलंदियों के बीच बच्चों ने कारोबार दान भी धर्म भी कर्म भी प्रभु का नाम लेके अज अपने बहुत अच्छे व्यास में गल हुई है कि पंडित जी तुहाड़ा ब्राह्मण परिवार, ब्राह्मण परिवार के बच्चों ने अपने बुजुर्गों का नाम जो रोशन किया, नानका परिवार बैठे हैं मदन लाल जी, राजकुमार जी, प्रेमनाथ जी, केवल जी परिवार के बच्चे बैठे, परिवार की मालकन बैठी है मां शकुंतला देवी, जिन्हों की एक छत्र छाया बजाज साहब का हुक्म होया, कहते साडे पिता समान योगेश जी के पिता जी पंडित जी अज देवराज शर्मा, नाम भी देव है और सारी उम्र राज भी कीता है, राज करके अज परम पिता परमात्मा के चरणों के बलबीत हो,
योगेश जी को भाइयों को पूछा भी पिता जी होया कि क्या पंडित जी उम्र के हिला थोड़े जा शरीर कष्टा गया एक हो गया रखना योगेश की बीमारी कोई शब्द नहीं है चार वेद शेष शास्त्र 18 प्राप्त हुए किसी पुराण के विच बीमारी शब्द अज तक महाराज ने लिखे ही नहीं कृष्ण भगवान ने अर्जुन कहा अर्जुन कर्म करो फल देना ना देना मेरी पत्नी एक कर्मा के आधार के अनुसार साडे शरीर के विच पाप उत्पन्न होते हैं ले जाना एक रस्ता महाराज तय करते गुरबाणी के विच एक शब्द लिखा है जो जो विषय सो सो रोगी रोग रहत मेरा सतगुरु जो तेरे घर सुख है महंगी है मारे कहते दुख सुख का मेरा कोई मतलब नहीं जीवन का लक्ष्य इंसान का पूरा आज योगेश जी तो हाडे पिता जी का लक्ष्य पूरा हो बच्चे जीवन का आनंद बहुआ बढ़िया लायक है अगू पोते या पोती का स्वंबर होंगे आदि संतान बड़े भाग्यशाली इंसान आज देवराज की उम्र के मुताबिक देखो मां बाप का दुख का बन रहा है लेकिन जेड़ा हस्ता खेड़ा होया परिवार बुजुर्ग छड़ के चले जान मैं उन्हां दी कदी शोक सभा नहीं है वो ज्ञान सभा अज बहाना बन गया कि कष्ट आया देवराज जी चले गए मैं ये दसो जरूर अपना योगेश जी तुहाडे पिता जी गए कितने बाणी में एक शब्द लिखे है इक्का माई युक्त बिहाई तीन चेले परवान एक संसारी एक भंडारी एक लावे दीपा शब्द की अहमियत की है शब्द का प्रमाण की है इक्का माई कौन है अलौकिक शक्ति उस अलौकिक शक्ति ने कोनो कुछ अंश शक्ति ने जेड़ा के संसार के विच आन के जन्म लिया मेरा बेटा मेरी बेटी ये दसो समय है कि मारे ने वैसे लगे है कि तन दे उत्ते कपड़ा पाया इनकी मियाद जाता है तेरे शरीर के उत्ते कपड़े की मियाद ज्यादा है तेरे बंदे की कोई मियाद नहीं दो चीजा महाराज ने की है ना मौत के वक्त कई बार योगेश जी ने गल होंगी भी साहब बैठे दफ्तर कि मौत के वक्त के आज तक किसी ने कोई अंदाजा लगाया मौत केड़े पासे वानी है केड़े पासे लेके चले जानी है किसी को पता है हाँ ये एक बहाना बनता है बीमारी हो गई जी एक्सीडेंट हो गया जी ये कोई ना कोई कारण बन गया कारण के द्वारा आज तो हाटे पिता ने संसार में छट के तुसी कहते चले गए शास्त्र इस गर्व नहीं मनता शास्त्र कहते पुरानी घर में सिखता गया जगाओ अपने पिता में जानते क्यों नहीं गए योगेश जी तुसी कोशिश करते हो क्यों नहीं जाते जागन वाली कड़ी चीज से उस अलौकिक शक्ति ने अंश वो कितने गले गए वो तो महाशक्ति भी करे अज इस दरवाजे में बैठे रह गया एक मिट्टी कृष्ण भगवान ने की क्या अर्जुन शरीरम नाशमानम तेरा शरीर नाशमान आत्मा अमर जगत विनाश आत्मा ने जिस वक्त तेरे शरीर में छाड़ देना है तेरा शरीर के कोई अधिकार नहीं रहना वो मिट्टी है चार सज्जन आ गए आन के की कहते हैं शर्मा साहब माड़ा हो गया जी योगेश जी माड़ा हो गया सारे भाइयों के माड़ा हो गया जिनके घर के लिए जो सज्जन चला जाए बाजार सब माड़ा तो होगा ही मौत का मौत ही है जिनके घर के लिए दरी मातम छा गया वो तो एक प्रेतान स्थान बन गया
जिस ज्ञान चेतन अलग होंगी है ना, चेतन उनकी शक्ति ना प्रभु को चले गए अलग साकल कोई सरबत नहीं था। एक मिट्टी है, उस मिट्टी को टिकाने कि लगाना है। बेटा मंगने क्यों शास्त्र की कहते हैं एक बेटाए तुम्हारे मुखम पुत्र एक भी लैक निकल आवे इस सारे कुल जेड़ा सिंपल है। देखो अगर किसी व्यक्ति ऐसी नतमस्तक होने हैं अपना शीश झुका देने हैं इन्हें को दो लेवल करनी है। मारे कहते आशीर्वाद ही मिलते हैं ऐसी मेरा दुश्मन है नहीं मेरा लड़ता सी झगड़ता सी एक बार देश ने गल की कि सब तो बड़ा दुश्मन है केड़ा। कभी ऐसी आज तक सोचे सब तो बड़ा दुश्मन केड़ा कभी मन दे विचार किया सब तो बड़ा दुश्मन साडा भोग साडी बीमारी कहते ना मारा कभी शरीर के कष्ट आ जाए जब तक एक ना हो समान सौ वर्ष का पक्की खबर सब ऋषि मिले चरणा में प्रणाम किया उन्होंने किया बेटा आयुष्मान भाव मस्तक देखी तो मौत लिखी है जब खड़िया में यमराज ने आके ले जाना है शंकर भगवान के दरबार के लिए आन गए स्तुति की नमामि नमेश निर्वाण में रूप में एक कालों के काल महाकाल प्रकट हो जाओ प्रभु प्रकट हो क्या प्रभु इस बालक मसीह शीवर करते यमराज मार खड़ा है दसो साडा आशीर्वाद काम करेगा या ये यमराज लै के तो जैसी उसे तुम पढ़े ना ये प्रसंग जेड़ा भगवान शंकर ने खुद किया जिथे महापुरुषा का आशीर्वाद जिथे मां बाप का आशीर्वाद आ जाए दुनिया की कोई ताकत उन्हों समाप्त कर नहीं सकती उनका नाम कैसे मारकंडे आज देखो मारकंडू का पुत्र मारकंडे जिसने अपने बुजुर्ग का नाम रोशन किया है पुत्र कभी मंगने हैं जेड़ा के अंत मती सो करते अंत समय कर्म करवा सके अपने मां बाप को स्वर्ग के विच पहुंचा सके और योगेश जी की योगी शर्मन कमाल बन के एक लग गए सारे सज्जन आ गए या तो मित्र आ गए क्या के योगेश के जहाँ की ने शर्मा साहब इन धार्मिक रखने वाली की गई नहीं तो गाल सा करके आ रहे पुत्र कई बार प्रमाण मंगा गला था क्या के धार्मिक रखने वाली की गई नहीं एक संस्कृत का शब्द आता है अश्मेनम सहस्त्री यज्ञ पूर्ण फल प्राप्त मारे कहते तू अश्मित यज्ञ कर राष्ट्रीय यज्ञ कर बड़े बड़े देवता ने दान पुण्य कर ले सब तो बड़ा पुण्य केड़ा है शब यात्रा का मतलब की है कि राम नाम है सच्चे युगाद सच्चे है कि सच नामे के उसी मारे ने मरना सच है तुसी दसो ये चीजा नजर आ रही है ये सच है कार आंगूठियां मंगला है दिया पुत्र है ये सच है मारे कहते ये सच नहीं सच की है सच वो है जेड़ी चीज सानू नजर नहीं आती केड़ी चीज नजर नहीं आती मौत मौत का की रंग रूप खुलर साहब केड़े पास्यों आनी है केड़े पास्य रहके जाना है किसी ने कोई पता पुत्र की बुद्धि लग गई शव यात्रा बन गई उस शमशान के विच देखो कई बार इसी विचार करने हैं असी शमशान भूमि जाने जबकि विच साहब नाम है शिवपुरी ये शमशान क्यों कहते हर चीज का कोई कारण है शाम मैंने शांति शान मैंने विश्राम करना अपने हथा के नाल असी अपने बुजुर्गों को बताने बेटा उसे पानी पीन दे के अग्नि का दान देता है एक कवि ने कल होर भी दसी है कि माँ बाप जिन्ने मर्जी बुजुर्ग हो जा बेटा जिस वक्त अग्नि का दान देता है ना अखा विच आंसू अपने आप
पंछी उड़ जाना कि पिंजरा टूट जाना। पंज तत्व का पिंजर, इन तिनका तिनका हो जाए किसी को पता नहीं लगता। पंछी उड़ जाना कि पिंजरा टूट जाना, लाखे कारे तो जतने इसे टूटे जाना। आमें तेरे साथियां देखो रूठे जाना। सारे ने रूठ जाना, जब तकी चली गई शमशान भी चली गई कि कारे साथी जींदियां ते सबे ते मोयां ना कोई। जब तक बंदा जींदा है कहंदा मेरा, जिसको मैं श्वास चला गया फिर की कहंदे मेरा चला। बारे में तेरा नहीं, मैं दिखता सी ते मैं अपने को लेके आई। इस पिंजरे विच भाई मेरे रहे रहे के बड़ी तो मौज उड़ाई। इन्नी ऐश करते धारण कर्म के काम किन्ने करते हैं, परमात्मा सिमरन के नाम संग कर ले। मैं उस सात संग को आज एक शब्द याद आ गया। एक सेठ जी महाराज जिन्ना ने जिंदगी में सारी उम्र अच्छा काम कीते परमात्मा के करने किसी संग दे चले गए, दो मिनट वास्ते प्रभु का सिमरन किया। देखो सिमरन दो मिनट तक कितना लाभ देता है। कल प्रसंग पढ़ गया से जाना सब नहीं है, समय आ गया शेख जी महाराज को यमराज के दूत लैन वास्ते आ गया लेके चले। पूछा कि तब पुत करो पहले को अच्छा काम जिंदगी में आज तक किया है। इन्हें मारे सारे उम्र मारे कम कीते आ, पर दो मिनट ना इन्हें सत्संग करके प्रभु का सुचिंतन किया। वैसे तो सी लोग सारे चिंता में ही डूबे सुचिंतन नहीं। जब के गुरबाणी में शब्द भी लिखा है कि चिंता तां की कीती, गुरु महाराज कहते चिंता काली करने में जेड़ा बनी है उन्हें टूटना है, जेड़ा जमी है उसने भरना है। तुरी हुई मृत्यु के नाल बंदे का जन्म जेड़ा दस्या गया है। एक गुरबाणी में शब्द भी लिखे है कि मरण लग आवे अल्पे। पहले बंदिया मरना तो सीखना है, अज साडे लोगों को मरना भुलिया है, असी अपने आप को जींदियां समझनी। महाराज ने कहा कि जिस इंसान को मरना याद है उनका लोक भी सुखी हो गया ते परलोक भी सुखी हो गया। क्या कहने दो मिनट बाद से सत्संग कीते इन्हें अच्छा पूछिया सेठ जी पहले तुम दो मिनट सत्संग स्वर्ग लोग के जाना है कि नरक लोग के जाना है। बंदा तो पता चतुर है होशियार है। सेठ जी ने कहा कि मैं स्वर्ग दिखाओ। स्वर्ग में भेजिया उसे राम नाम का सिमरन हो रहा है, सत्संग हो रहा है, राम नाम की धुनी लग रही है। वो दो मिनट की बजाय उसे 15 मिनट हो गया। यमराज के दूता ने कहा कि तुम बाहर कढ़ो, ये दो मिनट वास्ते आया सी। देव दूता ने इको गल कही क्या कि जेड़ा इस अमरावती दे विच स्वर्गा विच बैठ के सिमरन कर रहा है और नरका का कभी अधिकारी नहीं हो सकता। कवि ने शब्द भी लिखा ना एक खड़ी आदि खड़ी आदि से जो पुण्याद करे अरे उसके योगी लाखों ही भगवान क्षमा करे। पता नहीं सवेर तो लैके शाम तक इन्हें झूठ छल कपट ईर्षा द्वेष पखंड करने
अगर एक खड़ी का भी सत्संग कर लेने हैं, महाराज कहते हैं तेरा जीवन सफल हो जाए। बड़ी तुम्हारी इस पिंजरे बिच भाई मेरे रह रह के बड़ी दा तिनका तिनका होना राम की में बोलेगा के मुंह की में खोलेगा राम की में बोलेगा के मुंह की में खोलेगा ऐसे टूट दिया ही टूट दिया पिंजरा टूटे जाना। कवि ने शब्द लिखा है ओ तेरी लाड़ी के मापने प्यारी के जाजिया मोड़े आना। इतों मोड़ के आ जाना है ओ शमशान के लिए। राम नाम सत करते हुए जिस वक्त प्राणी नू बेटा लटा रहा है, चार पिंड दे रहा है, अग्नि का दान दे रहा है, अखा विच आंसू आ रहे हैं, उतों असी मुड़ के देखो सारी दुनिया तिनका तोड़ दिंदी है। कभी पुत्तर नहीं आके तिनका तोड़िया, पुत्तर नहीं तोड़ता क्योंकि पुत्तर ने कर्म करवाए, कर्म की गति की है। महाराज कहते हैं कि जे इंसान अपने कर्तव्य की पूर्ति का पालन कर देता है वो जीवन इस सपुत्र के नाम का अधिकारी दस्या गया। नौवें दिन गंगा मैया की गोद के विच, दसवें दिन अस्थियां गंगा मैया की गोद के विच जल करवाए। देखो अस्थियां असीं पंज दरियावां विच जल करवा करने, जल समुद्र विच जल करने। गंगा मैया की अहमियत एनी उची क्यों दसी है? गंगा मैया कित्थों कंखल किथे गंगोत्री किथे कलकत्ता, भगवान शंकर की स्तुति करके गंगा नूं लेके जिस वक्त आया उस वक्त 60,000 पितरियों की रात को पवित्र करने के वास्ते भगवान की स्तुति की, भगवान की अर्चना की। उस गंगा मैया की गोद के विच जाके अस्थियां तुसीं जल करवा कर दे। दसवें दिन कुशा घाट के दस पिंड जिंदे नाल एक हाथ का शरीर बनता है, 16 पिंड किरिया ने। अज योगेश जी मैं एक दसो जिस वक्त तुम 16 पिंड दिते आ, जिदा प्राणी खाते बेटे सुता पिया डेड बॉडी पई है देह पई है उसे आत्मा नहीं गई, आत्मा निकल गई है, एकदा ही शरीर बनता है। 16 पिंड दिते जाते हैं ब्रह्मा विशेष भूत प्रेत जाते चल सारे ने भी एक पिंड जाता है। कितने ने ਸਾਡੇ ਪਿਤਾ ਦੇ ਨਹੀਂ, ਉਹਨੂੰ ਕਹਿੰਦੇ ਸੈਲਫ ਪਿੰਡੀ ਕਰਮ। ਇੱਕ ਪਿੰਡ ਦੇ ਤਿੰਨ ਭਾਗ ਹੁੰਦੇ ਆ। ਪਹਿਲਾ ਭਾਗ ਯੋਗੇਸ਼ ਜੀ ਤੁਸੀਂ ਦਾਦਾ ਜੀ ਵਿੱਚ ਮਿਲਾਇਆ, ਦੂਸਰਾ ਭਾਗ ਪੜਦਾਦੇ ਵਿੱਚ ਮਿਲਾਇਆ, ਤੀਸਰਾ ਭਾਗ ਬ੍ਰਿਧ ਪਿਤਾ ਵਿੱਚ ਮਿਲਾਇਆ। ਜਦ ਤੱਕ ਪਿੰਡਾਂ ਵਿੱਚ ਪਿੰਡ ਵਾਲੀ ਨਹੀਂ ਹੁੰਦੇ ਸਾਡਾ ਪ੍ਰਾਣੀ ਖਾਤੇ ਵਿੱਚ ਹੀ ਰਹਿੰਦਾ। ਕਈ ਵਾਰ ਕਹਿੰਦੇ ਸਾਨੂੰ ਪ੍ਰਾਣੀ ਦੁੱਖ ਦੇ ਰਿਹਾ ਜੀ, ਸਾਨੂੰ ਰਾਤੀ ਸੁਪਨੇ ਵਿੱਚ ਆਉਂਦਾ ਜੀ, ਰਜਿਸਟਰੀ ਕਿਵੇਂ ਗੱਲ ਹੁੰਦੀ ਹੈ ਨਾ। ਇੱਕ ਗੱਲ ਦੱਸੋ, ਮਾਂ ਬਾਪ ਵੀ ਕਦੀ ਬੱਚਿਆਂ ਦਾ ਮਾੜਾ ਸੋਚਦੇ? ਪੁੱਤਰ ਪੁੱਤਰ ਤਾਂ ਹੋ ਜਾਂਦੇ ਸੁਣਨੇ ਤੇ ਸੁਣਦੇ ਹੀ, ਮਾਂ ਬਾਪ ਕਦੇ ਵੀ ਨਹੀਂ ਕਹਿਣਗੇ ਸਾਡਾ ਬੱਚਾ ਜਿਹੜਾ ਉਹ ਮਾੜਾ। ਕਈ ਵਾਰੀ ਕਹਿੰਦੇ ਨਾ ਪਿੱਤਰ ਦੋਸ਼ ਲੱਗ ਗਿਆ, ਪੰਡਿਤ ਕਹਿੰਦੇ ਲਿਆ 25,000 ਤੋਂ ਕਰਦੀ ਪਿੱਤਰ ਦੋਸ਼। ਇਹ ਜ਼ਿੰਦਗੀ ਦੀ ਗੱਲ ਯਾਦ ਰੱਖਣਾ, ਅੰਧ ਵਿਸ਼ਵਾਸਾਂ ਤੋਂ ਮੁਕਤੀ ਹੋ ਜਾਂਦੀ। ਭੁੱਖ ਤੁਹਾਨੂੰ ਲੱਗੀ ਰੋਟੀ ਮੈਂ ਬਜਾਜ ਸਾਹਿਬ ਖਾ ਰਿਹਾ, ਇਹ ਤੁਹਾਡਾ ਕੀ ਬਣ ਗਿਆ? ਜਿਹੜਾ ਤੁਸੀਂ ਆਪਣੇ ਹੱਥਾਂ ਨਾਲ ਕਰਮ ਕਰੋਗੇ, ਆਪਣੇ ਹੱਥਾਂ ਨਾਲ ਪ੍ਰਭੂ ਦਾ ਸਿਮਰਨ ਕਰੋਗੇ, ਆਪਣੇ ਮੁੱਖ ਹਰ ਬਿੰਦੇ ਤੋਂ 2-4 ਘੜੀ ਦਾ ਸਤਸੰਗ ਕਰੋਗੇ, ਤੁਹਾਨੂੰ ਉਹੀ ਗੱਲ ਪ੍ਰਾਪਤ ਹੋਈ। ਮਨੁਸਤੁਤੀ ਵਿੱਚ ਵੀ ਲਿਖਿਆ, ਸ਼ਾਸਤਰਾਂ ਵਿੱਚ ਲਿਖਿਆ, ਸਵੇਰੇ ਉੱਠੋ ਮਾਂ ਬਾਪ ਹੈ ਪ੍ਰਣਾਮ ਕਰੋ, ਇਹ ਵੀ ਨਹੀਂ ਪੈਰੀ ਹੱਥ ਲਾਉਣਾ, ਦਿਲ ਦੇ ਵਿੱਚ ਰਿਸਪੈਕਟ ਅੱਖਾਂ ਦੀ ਸ਼ਰਮ। ਇਹ ਨਹੀਂ ਕਿ ਪੈਰੀ ਹੱਥ ਲਾਉਣਾ ਜ਼ਿਆਦਾ ਆਸ਼ੀਰਵਾਦ ਮਿਲਦਾ, ਮਹਾਰਾਜ ਕਹਿੰਦੇ ਆਸ਼ੀਰਵਾਦ ਦਿਲ ਦੀ ਭਾਵਨਾ ਦੇ ਨਾਲ ਪ੍ਰਗਟ ਹੋ। ਮਾਂ ਬਾਪ ਨਹੀਂ
ਉਹਨਾਂ ਦੀ ਤਸਵੀਰ ਨੂੰ ਯੋਗੇਸ਼ ਨੂੰ ਮੱਥਾ ਟੇਕ ਕੇ ਚਲੇ ਗਏ। ਸੰਕਟ ਮੋਚਨ ਪੜੋ, ਮੂਲ ਮੰਤਰਾਂ ਦਾ ਉਚਾਰਨ ਕਰੋ। ਕਿਹੜਾ ਇਨਸਾਨ ਕਿਤੇ ਵੀ ਕਰਮ ਕਰਦਾ ਹੈ ਜ਼ਿੰਦਗੀ ਵਿੱਚ ਉਹਦੇ ਹੱਥ ਦੇ ਵਿੱਚ ਕਦੀ ਉਹ ਕਸ਼ਟ ਨਹੀਂ ਆਏਗਾ। ਦੇਖੋ ਬਾਕੀ ਕਰਮ ਹੋ ਰਮਨ ਪੱਪੀ ਬੈਠੇ ਆ, ਜੇ ਅਸੀਂ ਕਰਮ ਕਰਵਾ ਕੇ ਆਏ ਹਾਂ ਉਹ ਕਰਮਾਂ ਦਾ ਭੁਗਤਾਨ ਤਾਂ ਸਾਨੂੰ ਭੁਗਤਣਾ ਹੀ ਪੈਣਾ। ਮਹਾਰਾਜ ਕਹਿੰਦੇ ਸ਼ਰਾਂਤੀ ਸੌ ਪਵਾਂਦੀ ਸੌ ਲੱਗ ਵਿਚਕਾਰ ਹੀ ਆਉਣਾ। ਜਿਹੜਾ ਕਰਮ ਕੀਤਾ ਹੈ ਉਹਦਾ ਭੁਗਤਾਨ ਸਾਨੂੰ ਕਰਨਾ ਹੀ ਪੈਣਾ। ਤੇਰੀ ਲਾਰੀ ਕਿ ਮੌਤ ਬਣੀ ਪਿਆਰੀ ਕਿ ਜਾਂਜੀਆਂ ਮੋੜੇ ਆਉਣਾ, ਬਾਂਦੀ ਬਾਂਦੀ ਦੇ ਪਿੱਛੇ ਤੂੰ ਖੋਲੇ ਚੱਲਣਾ ਨਹੀਂ ਬਹਾਨਾ। ਮਹਾਰਾਜ ਦੇ ਅੱਗੇ ਕੋਈ ਬਹਾਨਾ ਨਹੀਂ ਚੱਲਣਾ, ਪਰਮਾਤਮਾ ਨੇ ਵੀ ਦੇਖਣਾ। ਮਹਾਰਾਜ ਕਹਿੰਦੇ ਚੰਗਾ ਮੰਦਾ ਗਰੁੜ ਪੁਰਾਣ ਦੇ ਤੀਸਰੇ ਅਧਿਆਇ ਵਿੱਚ ਸ਼ਬਦ ਲਿਖਿਆ, ਭਗਵਾਨ ਕਹਿੰਦੇ ਸਾਡੀ ਅਦਾਲਤ ਦੇ ਵਿੱਚ ਚਾਹੇ ਕੋਈ ਸਬਲ ਹੈ, ਚਾਹੇ ਕੋਈ ਨਿਰਬਲ ਹੈ, ਚਾਹੇ ਕੋਈ ਦਰਿਦਰੀ ਹੈ, ਚਾਹੇ ਕੋਈ ਮੂਰਖ ਹੈ, ਚਾਹੇ ਕੋਈ ਪੰਡਿਤ ਹੈ, ਚਾਹੇ ਕੋਈ ਵਿਦਵਾਨ ਹੈ, ਅਸੀਂ ਸਾਰੀ ਗੱਲ ਉੱਥੇ ਤੋੜ ਕੇ ਜਿਹੜੀ ਹੈ ਕਰਨੀ। ਉੱਥੇ ਝੂਠ ਨਹੀਂ ਕਰਨਾ, ਉੱਥੇ ਰਿਸ਼ਵਤ ਨਹੀਂ ਕਰਨੀ। ਰਿਸ਼ਵਤ ਇੱਥੇ ਚੱਲ ਜਾਏਗੀ, ਇੱਥੇ ਝੂਠ ਵੀ ਬੋਲਾਂਗੇ, ਛਲ ਵੀ ਕਰ ਲਾਂਗੇ, ਕਪਟ ਵੀ ਕਰ ਲਾਂਗੇ। ਪਰ ਮਹਾਰਾਜ ਕਹਿੰਦੇ ਆ ਸਾਡੇ ਦਰਬਾਰ ਦੇ ਵਿੱਚ ਨਾ ਕੋਈ ਛਲ ਕਪਟ ਹੋਇਆ ਤੇ ਨਾ ਕੋਈ ਹੋ ਸਕਦਾ। ਤੇਰੀ ਲਾੜੀ ਕਿ ਮੌਤ ਬਣੀ ਪਿਆਰੀ ਕਿ ਜਾਂਜੀਆਂ ਮੋੜੇ ਆਉਣਾ, ਭਾਂਤੀ ਭਾਂਤੀ ਦੇ ਪਿੱਛੇ ਤੂੰ ਖੋਲੇ ਚੱਲਣਾ ਨਹੀਂ ਬਹਾਨਾ, ਕਿ ਸਾਵੀ ਸੁੱਕ ਜਾਣਾ ਡੋਲ ਨੇ ਟੁੱਟ ਜਾਣਾ, ਕਿ ਸਾਵੀ ਸੁੱਕ ਜਾਣਾ ਡੋਲ ਨੇ ਟੁੱਟ ਜਾਣਾ, ਇਸੇ ਟੁੱਟ ਗਿਆਹੀ ਟੁੱਟ ਗਿਆ ਟੁੱਟ ਜਾਣਾ, ਕਿ ਪੰਛੀ ਉੱਡ ਜਾਣਾ ਸਵਾਸ ਚਲੇ ਗਿਆ, ਕਹਾਣੀ ਖਤਮ ਹੋ ਗਈ, ਤੇਰਾ ਲੇਖਾ ਜੋਖਾ ਉਹ ਸਮਾਪਤ ਹੋ ਗਿਆ। ਅੱਜ ਦੇਵਰਾਜ ਜੀ ਦੇ ਨਿਮਿਤ ਬੱਚਿਆਂ ਨੇ ਸਹਿਪਿੰਡੀ ਕਰਮ ਕਰਵਾ ਦਿੱਤਾ। ਸਹਿਪਿੰਡੀ ਕਰਮ ਤੋਂ ਬਾਅਦ ਹੁੰਦੀ ਨਰੈਣੀ ਬਣੀ, ਨਰੈਣੀ ਬਣੀ ਕਿੱਥੇ ਹੁੰਦੀ? ਗਿਆ ਗਿਆ, ਅਸੀਂ ਗਿਆ ਦੇ ਵਿੱਚ ਨਹੀਂ ਜਾ ਸਕਦੇ ਤੇ ਮਹਾਰਾਜ ਕਹਿੰਦੇ ਆ ਫਲਗੂ ਜਾਓ, ਫਲਗੋ ਵੀ ਨਹੀਂ ਜਾ ਸਕਦੇ ਤੇ ਮਹਾਰਾਜ ਕਹਿੰਦੇ ਕਿਹੇ ਦੇ ਯੋਗੇਸ਼ ਜੀ ਤੁਸੀਂ ਗਰਾਕ ਕੇ ਆਇਓ, ਕਿਹੇ ਦੇ 16 ਦਿਨ ਲੱਗਦੇ ਆ। ਯੋਗੇਸ਼ ਜੀ ਤੁਸੀਂ ਤਾਂ ਗਿਆ ਕੇ ਕਿਹੇ ਹੋ, ਗਰਾਕ ਕੇ ਵੀ ਆਇਓ। ਇੱਕ ਇੱਕ ਪਿੰਡ ਕਰਨ ਵਾਲੇ ਨੂੰ ਪਤਾ ਮੈਂ ਕੀ ਕਰ ਰਿਹਾ ਜਾਂ ਕੀ ਨਹੀਂ ਕਰ ਰਿਹਾ। ਸ਼ਾਸਤਰਾਂ ਵਿੱਚ ਲਿਖਿਆ ਕਿ ਜੈਸਾ ਅੰਨ ਵੈਸਾ ਮਨ, ਮੰਨ ਕੇ ਜਿੰਨਾ ਮੰਨੀ ਜਾਵੇ ਕਿਸੇ ਨੂੰ। ਅਗਰ ਤੁਸੀਂ ਸਾਡੇ ਕੱਪੜ ਦੇ ਨਾਲ ਲੈਂਦੇ ਹੋ ਨਾ, ਦਰੋਹ ਕਰਕੇ ਆਪਣੀ ਸੇਵਕ ਨੂੰ ਅੰਧ ਵਿਸ਼ਵਾਸ ਵਿੱਚ ਪਾ ਕੇ ਲੈਂਦੇ ਹੋ, ਮਹਾਰਾਜ ਕਹਿੰਦੇ ਆ ਉਹ ਦਾਨ ਤੇਰਾ ਨਾ ਫਲੇਗਾ ਨਾ ਤੇਰਾ ਫਲ ਸਕਦਾ ਹੈ। ਅੱਜ ਦੀ ਸ਼ੋਕ ਸਭਾ ਦੇ ਵਿੱਚ ਸ਼ਰਮਾ ਪਰਿਵਾਰ, ਬ੍ਰਾਹਮਣ ਪਰਿਵਾਰ, ਅੱਜ ਮੈਂ ਦੇਖ ਰਿਹਾ ਸ਼ਹਿਰ ਦੇ ਸਾਰੇ ਕੌਂਸਲਰ ਸਹਿਮਾਨ, ਸ਼ਹਿਰ ਦੇ ਅਧਿਉਪਤੀ, ਸਾਰੀ ਇੰਡਸਟਰੀ, ਸਾਰੇ ਜਿੰਨੇ ਵੀ ਉਦਯੋਗਪਤੀ ਪਹੁੰਚੇ ਹੋਏ ਆ, ਅੱਜ ਉਸ ਦਿਵੰਗਤ ਆਤਮਾ ਦੀ ਸ਼ਾਂਤੀ ਵਾਸਤੇ ਦੋ ਚਾਰ ਬਾਣੀ ਦਾ ਜਿਹੜਾ ਅਸੀਂ ਸਤਸੰਗ ਕੀਤਾ ਹੈ, ਅੱਜ ਅੰਮ੍ਰਿਤ ਬਾਣੀ ਦਾ ਗੁਣਗਾਨ ਕੀਤਾ, ਸਤਸੰਗ ਹੋਇਆ। ਕਿਉਂਕਿ ਯੋਗੇਸ਼ ਜੀ ਨੇ ਕਿਹਾ ਕਿ ਪਰਮਤ ਕੀ ਕਦਰ ਨਹੀਂ ਕਰੋਗੇ ਤੋ ਆਪ ਕੀ ਕਦਰ ਗਿਆਨ ਜੀ ਕਭੀ ਨਹੀਂ ਕਰੇਗਾ, ਇਸ ਲਈ ਸਮੇਂ ਕੇ ਅਨੁਸਾਰ ਸਾਰੀ ਇਸ ਕਾਰਵਾਈ ਕਾ ਵਿਸਰਜਨ ਕੀਆ ਜਾਏਗਾ। ਮੈਂ ਸਭ ਸੇ ਪਹਿਲੇ ਕਿਹੜੀ ਭੰਡਾਰੇ ਵਾਸਤੇ ਨਿਵੇਦਨ ਕਰੂੰਗਾ,
कि दो मिनट के लिए मंच के ऊपर आगे अनाउंसर जी आओ और देवी कलाल मंदिर के इस आंगन के अज असी अपनी अंतिम श्रद्धांजलि भेंट करने वास्ते श्री देवराज शर्मा जी को एकत्रित हुए सारे मत शक्ति दोस्तों भरावों बुजुर्गों बच्चों पंडित देवराज जी एक ऐसी शख्सियत सी जिन्होंने अपने नाम को सार्थक करते हुए एक देवता स्वरूप अपना जीवन चौदह फरवरी जन्मे 38 और 80 साल तक इस समाज के अपना योगदान पाते रहे देवराज राज उन्होंने किया जरूर परिवार के नहीं किया उन्होंने राज किया आम लोगों के दिलों के रह के समाजिक कामों के रह के धार्मिक आयोजना के अपना बढ़ चढ़ के हिस्सा पाने वास्ते मैं डॉक्टर मुकेश वालिया श्री दुर्गा भवन तो पंडित ओम प्रकाश शर्मा जी को पिछले 30 साल तो पंडित देवराज शर्मा जी के नाल हथ च हथ पा के धार्मिक कामों के समाजिक कामों के और गरीब विधवा महिलाओं को योगदान देते हुए देखता आ रहा हाँ देवराज जी नाल मेरा संबंध परिवारिक संबंध पिछले 30 साल तो है जो पंडित जी दुर्गा भवन के पंडित ओम प्रकाश शर्मा जी के नाल दशहरे वाले दिन श्री राम चरित अखंड पाठ का आयोजन उस तो बाद भंडारा करना और पंडित जी ने मुख यजमान के रूप के श्री दुर्गा भवन के अपन सेवावान देनिया इन्ना ही नहीं पिछले 20 साल तो पंडित जी की खास दसना कि वह 60 साल के सी और वातावरण की शुद्धि वास्ते पंडित शर्मा जी के नाल एक उपराला किया शायद परिवार को तो सारे पता है दुर्गा भवन का जिन्हें साथी जुड़े ने उन्होंने सारे पता होगा कि पंडित जी ने वातावरण की शुद्धि के लिए सारे सर्व कल्याण के लिए 108 नारियल हवन महाजग हवन का आयोजन दुर्गा भवन के लगातार 3 घंटे बैठ के खाली पेट बैठ के सवेरे 9 बजे तो लेकर 12:30 बजे तक करना और पिछले दशहरे के मौके पर भी उन्होंने अपना धर्म का जो पालन किया मैं भी उन्होंने नाल मना शर्मा जी बहुत ही धार्मिक प्रकृति के मालिक रामायण च बहुत उन्होंने आस्था श्री राम नामी शोभा यात्रा वालों श्री दुर्गा भवन के वालों झांकियां निकालिया जा रही और पंडित जी ने मेरे नाल ओपन जीप बस के सारे शहर की परिक्रमा कर ली इस साल उन्होंने तबीयत ठीक नहीं सी आए पर परिक्रमा बक्सा कहने मैं अति करा अति करके चले गए ऐसी जी शख्सियत जिसने धर्म के वास्ते सिर्फ हिंदू धर्म वास्ते नहीं हर धर्म वास्ते अपना योगदान पाया चाहे वह कीर्तन दरबार होता से चाहे गुरु रविदास महाराज से असं कोई समागम करते उन्होंने अपना योगदान पाया और देवराज शर्मा जी गल मैं याद है 2003 के विजय चोपड़ा जी दुर्गा भवन आए उन्होंने कहा कि शहर के सारे जगराते कराने असं यह जगराता करिए जिस सारे शहर दिया मावं जिड़िया भुखिया रहा ने जिड़िया बेसहारा ने उन्होंने आप योगदान पा सके मासिक राशन वितरण शुरू करो सन 2003 की गल सुना रहा उस वेले फैसला होया फौजी कहते हुए दसो कि योगदान पाया पंडित ओम प्रकाश शर्मा जी ने एक मैं पाया और योगराज जी कहते सोच लग पे फौजी कहते एक कहते नहीं मेरे 3 पुत्र है मैं 3 महिलाओं का जो राशन लवाना
ਇਹੋ ਜਿਹੀ ਸ਼ਖਸੀਅਤ ਜਿਹਨਾਂ ਨੇ ਲੋਕੇਸ਼ ਲਈ, ਨਿਸ਼ ਲਈ ਔਰ ਆਪਣੇ ਤਿੰਨਾਂ ਹੀ ਬੇਟਿਆਂ ਦੇ ਹੱਥੋਂ ਪੰਜ ਮਹਿਲਾਵਾਂ ਨੂੰ ਰਾਸ਼ਨ ਸ਼ੁਰੂ ਕਰਾਇਆ, ਉਹ ਜਿਹੜਾ ਕਿ ਅੱਜ ਤੱਕ ਚੱਲਿਆ ਆ ਰਿਹਾ, 31 ਮਹਿਲਾਵਾਂ ਨੂੰ ਲਾਸਟ ਸੰਡੇ ਉਹ ਫਿਰ ਮੰਥ ਰਾਸ਼ਨ ਦਿੱਤਾ ਜਾ ਰਿਹਾ। ਔਰ ਪੰਡਿਤ ਜੀ ਦਾ ਯੋਗਦਾਨ ਰਿਹਾ, 7-8 ਸਾਲ ਪਹਿਲਾਂ ਕਹਿਣ ਲੱਗੇ ਨਹੀਂ ਬੱਚੇ ਵੀ ਆਉਂਦੇ ਆ ਮਹਿਲਾਵਾਂ ਦੇ, ਉਹਨਾਂ ਦੀ ਪੜ੍ਹਾਈ ਦਾ ਵੀ ਸਾਨੂੰ ਸੋਚਣਾ ਚਾਹੀਦਾ। ਡਾਕਟਰ ਸਾਹਿਬ ਤੁਸੀਂ ਕੀ ਕਰੋਗੇ? ਮੈਂ ਕਿਹਾ ਪੰਡਿਤ ਜੀ ਜੋ ਤੁਸੀਂ ਕਹੋਗੇ ਅਸੀਂ ਕਾਰਡ ਬਣਾ ਦਿੱਤੇ ਔਰ ਮੈਡੀਕਲ ਸਾਰੇ ਪਰਿਵਾਰਾਂ ਨੂੰ ਸਹਾਇਤਾ ਮੈਂ ਆਪਣੀ ਲੀਡ 'ਤੇ ਦੇਣ ਲੱਗ ਪਿਆ। ਪੰਡਿਤ ਜੀ ਨੇ ਉਹਨਾਂ ਦੇ ਬੱਚਿਆਂ ਨੂੰ ਕਾਪੀਆਂ ਪੈਨਸਲਾਂ ਅਤੇ ਕਿਤਾਬਾਂ ਅਤੇ ਨਾਲ ਫੀਸਾਂ ਦਾ ਜਿਹੜਾ ਯੋਜਨਾ ਪੰਡਿਤ ਦੇਵਰਾਜ ਜੀ ਨੇ ਕੀਤਾ ਔਰ ਅੱਜ ਤੱਕ ਕਰਦੇ ਆ ਰਹੇ ਹੈ। ਪਰਿਵਾਰ ਨੇ ਕਦੀ ਹਿਚਕਿਚਾਹਟ ਨਹੀਂ ਕੀਤੀ। ਮਾਤਾ ਸ਼ਕੁੰਤਲਾ ਜੀ ਉਹਨਾਂ ਦੇ ਨਾਲ ਹਰ ਫੰਕਸ਼ਨ ਜਾਂਦੇ, 3-3 ਘੰਟੇ ਉੱਥੇ ਮਹਾਂਜਗ 'ਚ ਬੈਠਦੇ ਔਰ ਪਰਿਵਾਰ ਯੋਗੇਸ਼ ਜੀ ਬਹੁਤ ਪਰਿਵਾਰ ਭਰਾਵਾਂ ਦੇ ਨਾਲ ਜਿਨ੍ਹਾਂ ਦੇ ਇਹਨਾਂ ਨੇ ਸਮਾਜ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਸੀ, ਦੇਖ ਰਹੇ ਕਿ ਅੱਜ ਹਾਲ ਦੇ ਵਿੱਚ ਬੈਠਣ ਦੀ ਜਗ੍ਹਾ ਨਹੀਂ ਹੈ ਸਾਡੇ ਵਿੱਚ। ਸ਼੍ਰੀ ਡਮਨ ਬੱਬੀ ਜੀ ਬਾਂਦੇ ਜਨਤਾ ਪਾਰਟੀ ਸ਼ਹਿਰੀ ਦੇ ਪ੍ਰਧਾਨ ਨੇ, ਮੈਂ ਬੇਨਤੀ ਕਰਾਂਗਾ ਵੀ ਉਹ ਸ਼ਬਦਾਂ ਦੇ ਨਾਲ ਆਪਣੇ ਇਸ ਪਰਿਵਾਰ ਦੇ ਨਾਲ ਆਪਣਾ ਸ਼ੁਭ ਰਾਜ ਕਰਨ। ਡਮਨ ਬੱਬੀ ਜੀ ਬੈਠੇ, ਅੱਜ ਸ਼ੋਕ ਸਭਾ 'ਚ ਉਪਸਥਿਤ ਬਹਿਨੋ ਭਾਈਓ ਔਰ ਮਾਤਾ ਸ਼ਕਤੀ, ਬੜਾ ਦੁੱਖ ਦਾ ਮੌਤ ਨੇ ਉਹਨਾਂ ਨੂੰ ਆਪਣੇ ਰੂਪ ਦੇ ਵਿੱਚ ਲੈ ਕੇ ਅੱਜ ਸਾਡੇ ਤੋਂ ਵਿਛੋੜਾ ਕਰ ਲਿਆ। ਜਦੋਂ ਉਹਨਾਂ ਦੀ ਬਿਮਾਰੀ ਦਾ ਜੋਗੇਸ਼ ਜੀ ਨਾਲ ਮੇਰੀ ਗੱਲਬਾਤ ਹੋਈ, ਕਿਉਂਕਿ ਮੇਰਾ ਇਸ ਪਰਿਵਾਰ ਨਾਲ ਕਮ ਸੇ ਕਮ 30-35 ਸਾਲ ਤੋਂ ਸੰਬੰਧ ਹੈ। ਜੋਗੇਸ਼ ਜੀ ਨਾਲ ਅਕਸਰ ਮੇਰਾ ਘਰ ਦੇ ਵਿੱਚ ਆਉਣਾ ਜਾਣਾ ਹੁੰਦਾ ਸੀ ਔਰ ਜਦੋਂ ਵੀ ਦੇਵਰਾਜ ਜੀ ਨੂੰ ਮਿਲਣਾ ਹਰ ਵੇਲੇ ਹਸਮੁੱਖ ਔਰ ਅੱਛੀਆਂ ਔਰ ਚੰਗੀਆਂ ਸਿੱਖਣ ਦੇਣ ਦੀ ਹੀ ਕੋਸ਼ਿਸ਼ ਕਰਨੀ, ਮਿਲਣਾ, ਹਾਲ ਚਾਲ ਪੁੱਛਣਾ ਔਰ ਧਾਰਮਿਕ ਹਾਲਾਤਾਂ ਦੇ ਵਿੱਚ, ਵਪਾਰ ਦੇ ਵਿੱਚ ਉਹਨਾਂ ਨੇ ਜੋ ਇੱਕ ਸਥਾਨ ਜਲੰਧਰ ਦੇ ਵਿੱਚ ਸਥਾਪਿਤ ਕੀਤਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਏਅਰਫੋਰਸ ਦੀ ਨੌਕਰੀ ਤੋਂ ਆਣ ਕੇ ਇੱਥੇ ਹੀ ਹਿੰਦ ਮੈਟਲ ਨਾਮ ਦੇ ਜੋ ਉਹਨਾਂ ਨੇ ਇੱਕ ਵਪਾਰਿਕ ਸੰਸਥਾ ਸਾਡੇ ਸਾਹਮਣੇ ਕੀਤੀ, ਜਿਸ ਨੂੰ ਜੋਗੇਸ਼ ਜੀ, ਜੇਤ ਜੀ ਔਰ ਮੁਨੀਤ ਜੀ ਬੜੀ ਤਨਦੇਹੀ ਦੇ ਨਾਲ ਚਲਾ ਰਹੇ ਨੇ ਔਰ ਮੈਂ ਜਿੱਥੇ ਜੇਤ ਜੀ ਨੂੰ, ਜੋਗੇਸ਼ ਜੀ ਨੂੰ ਔਰ ਸਾਡੇ ਮਾਤਾ ਸ਼ਕੁੰਤਲਾ ਜੀ ਨੂੰ, ਜਿਹੜਾ ਉਹਨਾਂ ਦੇ ਜਾਣ ਦਾ ਜੋ ਵਿਛੋੜਾ ਹੋਇਆ, ਮੈਂ ਸਮਝਦਾ ਹਾਂ ਕਿ ਪਰਿਵਾਰ ਨੂੰ ਨਾ ਪੂਰੀ ਹੋਣ ਵਾਲੀ ਘਾਟ ਹੈ, ਉੱਥੇ ਮੈਂ ਆਪਣੇ ਵੱਲੋਂ ਦਿੱਤੀ। ਅੱਜ ਇਸ ਅੰਤਿਮ ਸ਼ੋਕ ਸਭਾ ਦੇ ਵਿੱਚ ਪੰਡਿਤ ਦੇਵਰਾਜ ਸ਼ਰਮਾ ਜੀ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਨ ਆਏ ਨੇ, ਉਹਦੇ ਨਾਲ ਹੀ ਅੱਜ ਇਸ ਹਾਲ ਦੇ ਦਿਨ ਤਲਾਬ ਮੰਦਰ ਦੇ ਪ੍ਰਧਾਨ ਸ਼ੀਤਲ ਵੀਰ ਜੀ, ਸੰਪਾਦਕ ਦੈਨਿਕ ਸਵੇਰਾ, ਵੀ ਇਸ ਪਰਿਵਾਰ ਦੇ ਨਾਲ ਨਿੱਜੀ ਰੂਪ ਦੇ ਵਿੱਚ ਆਪਣਾ ਦੁੱਖ ਦਾ ਪ੍ਰਗਟਾਵਾ ਕਰਨ ਆਏ ਨੇ। ਮੈਂ ਸਮੇਂ ਦੀ ਦੇਖਦੇ ਹੋਏ, ਜਾਗਰ ਦੇਖਦੇ ਹੋਏ ਬੇਨਤੀ ਕਰਾਂਗਾ ਪੰਜਾਬ ਦੇ ਪੂਰਵ ਮੰਤਰੀ ਸ਼੍ਰੀ ਅਵਤਾਰ ਹੈਨਰੀ ਜੀ ਨੂੰ ਉਹ ਆਪਣੇ ਸ਼ਬਦਾਂ ਦੇ ਨਾਲ ਇਸ ਪਰਿਵਾਰ ਦਾ ਆਪਣਾ ਸ਼ਰਧਾਂਜਲੀ ਦੇ। ਸ਼੍ਰੀ ਅਵਤਾਰ ਹੈਨਰੀ ਜੀ, ਜਿੱਥੇ ਪਰਿਵਾਰ ਦੀ ਸੇਵਾ ਕੀਤੀ ਜਾਂ ਪਰਿਵਾਰ ਨੂੰ ਇੱਕ ਬੁਲੰਦੀਆਂ ਨੇ ਅਪਣਾਇਆ, ਉੱਥੇ ਸਮਾਜ ਦੀ ਵੀ ਬਹੁਤ ਸੇਵਾ ਕੀਤੀ, ਧਰਮ ਦੀ ਬਹੁਤ ਸੇਵਾ ਕੀਤੀ। ਸਟੇਜ ਸ਼ਕਤੀ ਸਾਹਿਬ ਦੱਸ ਰਹੇ ਸੀ ਕਿ ਉਹਨਾਂ ਦੇ ਸਮਾਜ ਦੇ ਲਈ ਕਿਹੜੀ ਸੇਵਾ ਕੀਤੀ। ਆਪਦੇ ਲਈ ਤਾਂ ਸਾਰੇ ਕਰਦੇ ਆ, ਔਰ ਜੋ ਇਨਸਾਨ ਸਮਾਜ ਦੀ ਸੇਵਾ ਕਰਦਾ ਉਹ ਸਦਾ ਹੀ ਲੋਕਾਂ ਦੇ ਵਿੱਚ ਰਹਿੰਦਾ। ਮੇਰਾ ਵੀ ਉਹਨਾਂ ਦੇ ਨਾਲ ਕਾਫੀ ਦਿਨਾਂ ਦਾ ਵਾਸਤਾ ਹੈ। ਇਹੋ ਜਿਹਾ ਨੇਕ ਇਨਸਾਨ ਬਹੁਤ ਦੁਨੀਆਂ 'ਚ ਘੱਟ ਆਉਂਦੇ ਹੈ। ਇਹਨੇ ਮੇਰੇ ਵੀਰਾਂ ਨੂੰ ਬਹੁਤ ਵੱਡੀ ਕਾਟ ਪਈ ਹੈ, ਬਾਪ ਕਿੰਨੀ ਉਮਰ ਦਾ ਕਿਉਂ ਨਾ ਹੋਵੇ,
ਪਿਤਾ ਦੇ ਯਾਦ ਦੇ ਨਾਲ ਜੋ ਬੱਚਿਆਂ ਨੂੰ ਘਾਟ ਕੀਤੀ ਉਹ ਨਾ ਪੂਰੀ ਮਾਨ ਹੋਣ ਵਾਲੀ ਹੋਈ। ਉਮਰ ਕੰਮ ਕਰਦੇ ਸੀ, ਦੇਵਰਾਜ ਜੀ ਦੀ ਇੰਨੀ ਉਮਰ ਸੀ ਵੀ ਬਾਪ ਕਿੰਨੀ ਵੀ ਉਮਰ ਦਾ ਹੋ ਜਾਏ ਬਾਪ ਬਾਪ ਹੀ ਅਜੇ ਬਾਪ ਜਾਂਦਾ ਹੈ। ਇਹ ਬੱਚਿਆਂ ਨੂੰ ਯਾਦ ਆਉਂਦਾ ਹੈ ਉਸ ਬਾਪ ਨੇ ਸਾਨੂੰ ਬੜਾ ਕੀਤਾ, ਪਾਲਿਆ ਪੋਸਿਆ ਬੜਾ ਕੀਤਾ ਸਮਾਜ ਦੇ ਵਿੱਚ। ਇਹ ਰੁਤਬਾ ਜਿਹੜਾ ਹੈ ਜੋ ਸ਼ਰਮਾ ਪਰਿਵਾਰ ਦਾ ਰੁਤਬਾ ਹੈ ਦੇਣ ਦੇਵਰਾਜ ਜੀ ਦੀ। ਅੱਜ ਬੜੇ ਭਾਈ ਦੇ ਸਿਰ ਤੇ ਜੋ ਪਗੜੀ ਬੱਲੇਗੀ ਅਹਿਸਾਸ ਹੋਏਗਾ ਗੱਲ ਬਾਹਰ ਚੱਕਣ ਵਾਲਾ ਦੁਨੀਆਂ ਤੋਂ ਚਲਾ ਗਿਆ, ਅੱਜ ਬਾਹਰ ਵੱਲੋਂ ਚੱਕਣਾ ਪਏਗਾ, ਚਾਹੇ ਉਹ ਸਮਾਜ ਦਾ ਹੈ, ਚਾਹੇ ਉਹ ਪਰਿਵਾਰ ਦਾ ਹੈ, ਚਾਹੇ ਸਕੀਆਂ ਸੰਬੰਧੀਆਂ ਦਾ। ਬਾਪ ਦੇ ਜਾਣਦੇ ਨਾਲ ਬਹੁਤ ਵੱਡੀ ਘਾਟ ਪਈ, ਸਾਡੀ ਮਾਤਾ ਜੀ ਨੂੰ ਬੜੀ ਵੱਡੀ ਘਾਟ ਪਈ ਜਿਹਨਾਂ ਨੇ 50-55 ਸਾਲ ਇਕੱਠੇ ਰਹਿ ਕੇ ਬੱਚਿਆਂ ਨੂੰ ਪਾਲਿਆ ਪੋਸਿਆ ਬੜਾ ਕੀਤਾ ਸਮਾਜ ਵਿੱਚ ਨਾਮ ਪੈਦਾ ਕੀਤਾ। ਸਿਆਣੇ ਕਹਿੰਦੇ ਨੇ ਕਿ ਇੱਕ ਜਿਹੜਾ ਸਕਸੈਸਫੁਲ ਇਨਸਾਨ ਹੁੰਦਾ ਉਹਦੇ ਪਿੱਛੇ ਔਰਤ ਦਾ ਹੱਥ ਹੁੰਦਾ, ਚਾਹੇ ਉਹ ਮਾਂ ਹੋਵੇ, ਚਾਹੇ ਉਹ ਭੈਣ ਹੋਵੇ, ਚਾਹੇ ਬੀਵੀ ਹੋਵੇ। ਬਹੁਤ ਵੱਡੀ ਕਾਢ ਪਈ ਹੈ ਪਰਿਵਾਰ ਨੂੰ, ਪਰਿਵਾਰ ਨੂੰ ਜਿਹੜਾ ਮੇਰੇ ਵੀਰਾਂ ਨੂੰ ਬਹੁਤ ਵੱਡੀ ਕਾਢ ਪਈ, ਉਹ ਨਾ ਪੂਰੀ ਹੋਣ ਵਾਲੀ ਕਾਢ ਹੈ। ਮੈਂ ਆਪਣੇ ਵੱਲੋਂ ਪਰਿਵਾਰ ਵੱਲੋਂ ਕੌਮਸ ਪਾਰਟੀ ਔਰ ਇਸ ਇਲਾਕੇ ਦੇ ਨੌਜਵਾਨ MLA ਵੱਲੋਂ ਜਿਹਨਾਂ ਨੇ ਅੱਜ ਆਉਣਾ ਸੀ ਸੈਸ਼ਨ ਕਰਕੇ ਨਹੀਂ ਆ ਸਕੇ, ਉਹਨਾਂ ਵੱਲੋਂ ਦੇਵਰਾਜ ਸ਼ਰਮਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਮਹਾਮਾਈ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਮਹਾਮਾਈ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਸਖੀ ਸਕੂਲ ਦੇ ਸਾਰੇ ਪਾਠਾ ਮੰਡਲ ਦਾ ਬਲ ਬਖਸ਼ਣਾ। ਓਮ ਸ਼ਾਂਤੀ। ਆਪਣੇ ਆਪ ਦੇ ਵਿੱਚ ਇੱਕ ਸੰਸਕਾਰਾਂ ਦੀ ਗੁੱਥੀ ਸੀਗੇ, ਇੱਕ ਸੰਸਥਾ ਸੀਗੇ ਔਰ ਉਹਨਾਂ ਦੇ ਸੰਸਕਾਰ ਦੇ ਬਦੌਲਤ ਹੀ ਉਹਨਾਂ ਦੇ ਜਿਹੜੀਆਂ ਪੁੱਤਰ ਵਜੋਂ ਸੰਜੋਗਤਾ ਜੀ, ਸ਼ੈਲੀ ਸ਼ਰਮਾ ਜੀ, ਜੀਵਨ ਜੋਤੀ ਜੀ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ। ਪਰਿਵਾਰ ਦੇ ਵਿੱਚ ਆਪਸ ਦੇ ਵਿੱਚ ਬਹੁਤ ਹੀ ਪਿਆਰ ਦੇ ਨਾਲ ਆਂਟੀ ਜੀ ਦੇ ਨਾਲ ਮਿਲ ਕੇ ਉਹਨਾਂ ਦੀ ਪਿਛਲੇ 3-4 ਮਹੀਨਿਆਂ ਦੇ ਵਿੱਚ ਤਾਂ ਬਹੁਤ ਸੇਵਾ ਕੀਤੀ, ਪਰ ਮੈਂ ਦੇਖ ਰਿਹਾ ਕਿ 30 ਸਾਲਾਂ ਤੋਂ ਜਦੋਂ ਤੋਂ ਮੈਂ ਜੁੜਿਆ ਹਾਂ ਇਹਨਾਂ ਨੇ ਬਹੁਤ ਹੀ ਜ਼ਿਆਦਾ ਇੱਕ ਪਰਿਵਾਰ ਨੂੰ ਲੜੀ ਦੇ ਵਿੱਚ ਮੋਤੀਆਂ ਦੇ ਅਨਮੋਲ ਮੋਤੀਆਂ ਦੇ ਰੂਪ ਦੇ ਵਿੱਚ ਪਰੋਇਆ ਹੋਇਆ ਔਰ ਇਹਨਾਂ ਦੇ ਪੋਤਰੀ ਰਿਦਮ ਸ਼ਗੁਨ ਪਰ ਪੋਤਰੀ ਹੀਨਾ ਪ੍ਰੇਸ਼ ਪੁੱਤੇ ਨੈਨਸੀ ਲਕਸ਼ਤ ਨੇ ਵੀ ਪਰਿਵਾਰ ਦਾ ਆਪਣੇ ਆਪਣੇ ਸਥਾਨ ਦੇ ਨਾਲ ਨਾਮ ਰੋਸ਼ਨ ਕੀਤਾ ਹੋਇਆ। ਅੱਜ ਇਸ ਸ਼ੋਕ ਸਭਾ ਦੇ ਵਿੱਚ ਰਜੇਸ਼ ਵਿਜ ਜੀ ਔਰ ਭਾਰ ਭੂਸ਼ਣ ਬਜਾਜ ਜੀ ਦਾ ਨਾਮ ਲੈਣਾ ਮੈਂ ਜ਼ਰੂਰ ਸਮਝਾਂਗਾ। ਯੋਗੇਸ਼ ਜੀ ਦੱਸ ਰਹੇ ਸੀ ਕਿ ਇਹਨਾਂ ਦੋਨਾਂ ਨੇ ਮੈਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਬਹੁਤ ਮੇਰਾ ਯੋਗਦਾਨ ਸਾਰੇ ਨੇ ਦਿੱਤਾ, ਤੁਸੀਂ ਆਏ ਹੋ, ਪਰ ਇਹਨਾਂ ਦਾ ਜਿਹੜਾ ਸੇਵਾਵਾਂ ਹੈ ਉਹ ਬਹੁਤ ਹੀ ਮਹੱਤਵਪੂਰਨ ਨੇ। ਪਰਿਵਾਰ ਵੱਲੋਂ ਯੋਗੇਸ਼ ਜੀ ਵੱਲੋਂ ਇਹਨਾਂ ਦੋਨਾਂ ਦਾ ਖਾਸ ਤੌਰ 'ਤੇ ਆਭਾਰ ਹੈ। ਸ਼ੋਕ ਪ੍ਰਸਤਾਵ ਆਏ ਨੇ, ਪੰਡਿਤ ਜੀ ਨੇ ਜਿਸ ਤਰ੍ਹਾਂ ਦੱਸਿਆ ਕਿ ਟਾਈਮ ਲਿਖਿਆ ਜਾਏ ਔਰ ਸਭ ਤੋਂ ਪਹਿਲਾਂ ਸ਼ੋਕ ਪ੍ਰਸਤਾਵ ਪੰਜਾਬ ਕੇਸਰੀ ਗਰੁੱਪ ਦੇ ਆਦਰਣੀ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਜਿਸ ਤਰ੍ਹਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਬਾਅਦ ਦੇਵਰਾਜ ਜੀ ਦਾ ਉਹਨਾਂ ਨਾਲ ਨਿੱਜਾ ਸੰਬੰਧ ਸੀ ਔਰ ਹਰ ਸਾਲ ਦੁਸਹਿਰੇ ਵਾਲੇ ਦਿਨ ਦੋਨਾਂ ਨੇ ਇਕੱਠੇ ਬੈਠ ਕੇ ਪਰਿਵਾਰ ਨੇ, ਚੋਪੜਾ ਜੀ ਨੇ ਔਰ ਦੇਵਰਾਜ ਸ਼ਰਮਾ ਜੀ ਉਹਨਾਂ ਦੇ ਪਰਿਵਾਰ ਨੇ ਲੰਚ ਕਰਨਾ। ਉਸ ਤੋਂ ਬਾਅਦ ਸਾਰੇ ਸ਼ਹਿਰ ਦੀ ਪਰਿਕਰਮਾ ਚੋਪੜਾ ਜੀ ਕਰਦੇ ਸੀ। ਇਹ ਪਿਛਲੇ 15 ਸਾਲਾਂ ਤੋਂ ਲੰਬਾ ਭਾਵ ਇਸ ਤਰ੍ਹਾਂ ਚੱਲਦਾ ਸੀ। ਉਹਨਾਂ ਨੇ ਆਉਣਾ ਸੀ, ਉਹ ਕਿਸੇ ਕਾਰਨ ਨਹੀਂ ਆ ਸਕੇ, ਉਹਨਾਂ ਨੂੰ ਸ਼ੋਕ ਪ੍ਰਸਤਾਵ ਆਇਆ ਹੈ। ਸ਼੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਤਲਵੀਰ ਜੀ ਬੈਠੇ ਨੇ, ਰਜੇਸ਼ ਵੀਰ ਜੀ ਬੈਠੇ ਨੇ ਔਰ ਉਹਨਾਂ ਦੇ ਬਾਕੀ ਸਾਰੇ ਕਮੇਟੀ ਦੇ ਮੈਂਬਰ ਆਏ ਨੇ, ਉਹਨਾਂ ਵੱਲੋਂ ਇੱਥੇ ਸ਼ੋਕ ਪ੍ਰਸਤਾਵ ਹੈ। ਮੈਂ ਦੱਸ ਰਿਹਾ ਸੀ ਕਿ ਪੰਡਿਤ ਜੀ ਨੇ ਧਾਰਮਿਕ ਯੋਗਦਾਨ ਦੁਰਗਾ ਭਵਨ ਦੇ ਨਾਲ ਸ਼ੁਰੂ ਕੀਤਾ ਗੁਰੂ ਨਾਨਕਪੁਰੇ ਦੇ ਵਿੱਚ। ਪੰਡਿਤ ਓਮ ਪ੍ਰਕਾਸ਼ ਸ਼ਰਮਾ ਜੀ ਜੋਤਿਸ਼ ਆਚਾਰਿਆ ਜੋ ਇਸ ਪਰਿਵਾਰ ਦਾ ਅਭਿੰਨ ਅੰਗ ਨੇ ਉਹ ਵੀ ਬੈਠੇ ਨੇ ਔਰ ਸੰਸਥਾ ਵੱਲੋਂ ਉਹਨਾਂ ਵੱਲੋਂ ਖਾਸ ਤੌਰ 'ਤੇ ਉਹਨਾਂ ਦੇ ਮਿਸੀ ਪੁਸ਼ਪਿੰਦਰ ਔਰ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਸ਼ੋਕ ਪ੍ਰਸਤਾਵ ਆਇਆ। ਸ਼੍ਰੀ ਸਨਾਤਨ ਧਰਮ ਮਹਾਂਵੀਰ ਦਲ ਸ਼ਕਤੀ ਦਲ ਪੰਜਾਬ ਵੱਲੋਂ ਇੱਕ ਸ਼ੋਕ ਪ੍ਰਸਤਾਵ ਪ੍ਰਧਾਨ ਬਲਦੇਵ ਜੀ, ਪ੍ਰਧਾਨ ਸ਼੍ਰੀ ਜੀ ਡੀ ਚੌਹਾਨ, ਪੂਜਾ ਰਾਣੀ ਅਤੇ ਉਹਨਾਂ ਦੇ ਬਾਕੀ ਸਾਥੀਆਂ ਵੱਲੋਂ ਪਰਿਵਾਰ ਨੂੰ ਭੇਜਿਆ ਹੈ।
एक शोक प्रस्ताव श्री सिद्ध बाबा सोडर मंदिर तालाब का सेवा कमेटी के प्रधान मैंने जलंधर जी चेयरमैन जसपाल ठाकुर जी रवि परमाहा ते साथियों वालों आया है। एक शोक प्रस्ताव श्री दुर्गा भवन महिला ऑर्गेनाइजेशन जिहड़ी कि महिलावां ते लोग उत्थान लिए काम करती सी उन्होंने वालों पुष्पिंदर जी ते महिलावां वालों एक शोक प्रस्ताव आया है। एक शोक प्रस्ताव सिंगला कैटर्स श्री चौधरी राम शर्मा चौधरी राम जोर आशु सिंगला जी वालों इस परिवार के लिए आया है। एक शोक प्रस्ताव लघु उद्योग भारती हरीश गुप्ता जी प्रधान और उन्होंने साथियों वालों इस परिवार के नाम संवेदना प्रकट करने लिए आया है। वॉल्स एंड कोप मैनुफैक्चरर्स एसोसीएशन वालों एक कंडोलेंस गुरबख सिंह जुनेजा जी वालों इस परिवार के नाम शोक प्रस्ताव आया है। एक शोक प्रस्ताव गुरु नानकपुरा जागरण कमेटी के श्री नरेश अरोड़ा जी शर्मा जी संदीप अलोवालिया जी और साथियों वालों आया है। एक शोक प्रस्ताव पंजाब वाल्स एंड कॉक्स मैनुफैक्चर एसोसीएशन के वालों श्री विजय कुमार नेक्स्ट काउंसलर जी वालों आया है और बाकी सारे ही संस्थावान के प्रतिनिधि सदस्य जिन्हों का मैं नाम नहीं भी ले सकता अब सारे इस शोक सभा के शर्मा परिवार को योगेश जी ऋषि उन्होंने शकुंतला आंटी जी को इस दुख की घड़ी के जिते पोस्टर लाने वास्ते आए थे उत्थे नाल ही मैं बेनती करके श्री के डी भंडारी जी को बेनती करा कि वो अपने शब्दों के नाल इस परिवार के नाल संवेदना प्रकट कर और आभार भी प्रकट कर। एक बेनती करा सारे के पंडित जी ओम प्रकाश जी वालों योगेश शर्मा जी और परिवार को बेनती है कि जिस तरह देवराज शर्मा जी धार्मिक कामों के जुड़े रहे उस तरह तुम जुड़े तो हुए हो एक्टिवली इस तरह जुड़ो इन्होंने कामना के नाल मैं बेनती करा श्री के डी भंडारी जी को आके जिते अपने शब्दों के नाल पूजी माता शक्ति अज का धन्यवाद। अज असी शर्मा परिवार के नाल दुख बंडा दे लई दिवंगत आत्मा साढ़े पूजे देवराज जी की अंतिम निदान के विच सत्तर होए हैं। बहुत ही जीवन का अटल सच जो भी प्राणी इस संसार चाहता उन्हें एक ना एक दिन जाना है। बाणी का फरमान है मरण लखाए पंडित है इंसान की किन्नी आयु होएगी इंसान ने की कर्म करना है इंसान का की भाग्य होएगा ये सारिया चीज़ा जन्म तो पहले निश्चित होंगे लेकिन कुछ इंसान अपने कर्मा राही अपने सुभा राही या अपनी औलाद राही कि छापा छड़ जाते हैं जिड़े कि भलाई लेकर होंगे साढ़े बच्चों बहुत ही नेक बहुत ही वधिया परसनैलिटी दानिश इंसान देवराज चले गए हैं लेकिन उन्होंने किए काम सानू हमेशा उन्हें याद रखेंगे। डॉक्टर वालिया जी उन्होंने जीवन बारे दस रहे भी किस तरीके दे नाल जिते उन्होंने अपने परिवार का पालन पोषण किया उत्थे समाज की सेवा की धर्म की सेवा की यही किसी इंसान की सही पहचान बनी है। तीनों बेटे बहुत ही नेक है बहुत ही सहयोगी है एक सफल उद्योगपति है और मैं महसूस करता वै कि अज के समय में इंसान को खरबा खरबा रुपए हो जो इलाज चंगी नहीं है कहने कार नहीं है समाज रुतबा नहीं है लोग बंद बंद उन्होंने याद नहीं करते। इंसान चाहे गरीब होलाज चंकी हो समाज रुतबा हो लोगों बंद बंद याद करते अच लाड़ा ही चले गए हैं लेकिन इन्होंने बेटे जगेत जी मनीष जी रजेत जी जो भी समाज को वधिया काम कर पिछे नाम पिता जी का है देवता जी का है उन्होंने सबूत है जोड़ा भी इंसान आता उन्हें जाना ही है लेकिन जोड़ा इंसान चंगे कर्म करके आता वै लोग हमेशा याद रखते हैं। शर्मा परिवार साढ़े शहर का एक बहुत ही नेक धार्मिक समाजिक परिवार है मेरा इस परिवार के नाल निजी संबंध है और मैं महसूस करता मैं जिते परिवार को घाट पी है उत्थे मेरे भी निजी तौर पर घाट लेकिन यह विधि का विधान है जिन्नी सुभाषा की पूंजी इंसान मिलती है इंसान पूरी हो के जाता वै मैं ईश्वर के ही प्रार्थना करूँगा कि जी गुरबाणी देवरा जी लागे है ये सदा हरी भरी ये परिवार सदा खुशियां खेड़े मरने ऐसी मंगल कामना करता हाँ। मैं अपने वालों अपने परिवार वालों और भारतीय जनता पार्टी वालों और मैं एक अरदास करूँगा कि इस पुण्यात्मा अपने चरणों के निवास स्थान देना पिछे परिवार सकल संबंधियों
ਜਿਹੜਾ ਕਹਿ ਕੇ ਸਾਨੂੰ ਬੁਲਾ ਕੇ ਸਹਿਜਾ ਨੂੰ ਸ਼ਕਤੀ ਦੇਣਾ। ਤੁਸੀਂ ਸਾਰੇ ਲੋਕ ਸ਼ਰਮਾ ਪਰਿਵਾਰ ਦੇ ਨਾਲ ਦੁੱਖ ਵੰਡਾ ਲਈ ਕਰ ਰਹੇ ਹੋ, ਤੁਹਾਡਾ ਸਾਰਿਆਂ ਨਾਲ ਹੱਥ ਜੋੜ ਕੇ ਧੰਨਵਾਦ। ਓਮ ਸ਼ਾਂਤੀ ਸ਼ਾਂਤੀ ਸ਼ਾਂਤੀ। ਸਾਹਿਬ ਜੀ, ਸਰਦਾਰ ਗੁਰਚਰਨ ਸਿੰਘ ਜੀ, ਸਾਰੀ ਇੰਡਸਟਰੀ, ਸ਼ਹਿਰ ਦੇ ਗਣਮਾਨੇ, ਜਿਹੜਾ ਇਹ ਪਿਆਰ ਯੋਗੇਸ਼ ਜੀ ਨੇ ਆਪਣੇ ਭਾਈਆਂ ਦੇ ਨਾਲ ਬਣਾਇਆ ਹੈ, ਕਿਉਂਕਿ ਡਿਊਟੀ ਲਗਾਈ ਸੀ ਰਾਜੇਸ਼ ਜੀ ਨੇ, ਬਜਾਜ ਜੀ ਨੇ, ਉਸ ਡਿਊਟੀ ਦੇ ਅਨੁਸਾਰ ਅੱਜ ਗ੍ਰੇਡ ਪ੍ਰਾਪਤ ਦੀ ਗਾਥਾ ਦਾ ਰਹੋ। ਸਭ ਤੋਂ ਪਹਿਲਾਂ ਮੈਂ ਬੱਚਿਆਂ ਨੂੰ ਪੁੱਛਿਆ ਕਿ ਕੁਛ ਧਰਮ ਸਥਾਨ ਵਾਸਤੇ ਦਾਨ ਕਹਿੰਦੇ ਪੰਡਿਤ ਜੀ ਹੁਕਮ। ਸ਼ਹਿਰ ਦੇ ਵਿੱਚ ਹਰ ਵਾਰੀ ਗੱਲ ਹੁੰਦੀ, ਕੋਈ ਵੀ ਵੱਡਾ ਧਰਮ ਸਥਾਨ ਹੋਵੇ, ਚਾਹੇ ਮੰਦਰ ਹੋਵੇ, ਚਾਹੇ ਗੁਰਦੁਆਰਾ ਹੋਵੇ, ਪਿਤਰੀਆਂ ਦੇ ਵਾਸਤੇ, ਬਜ਼ੁਰਗਾਂ ਦੇ ਵਾਸਤੇ ਯਥਾ ਸ਼ਕਤੀ ਦਾਨ ਜਿਹੜਾ ਦੇਣਾ ਚਾਹੀਦਾ। ਬਾਕੀ ਦੇਵੀ ਕਲਾ ਮੰਦਰ, ਇਹ ਵੀ ਗੱਲ ਮੰਨੀ ਪੈ ਗਈ, ਖੁਸ਼ੀ ਦੇ ਉੱਤੇ ਤਾਂ ਅਸੀਂ ਸਾਰੇ ਲੋਕ ਬਣ ਜਾਂਦੇ, ਜਿਹੜਾ ਬੰਦਾ ਦੁੱਖ ਦੇ ਵਿੱਚ ਜਾ ਕੇ ਸ਼ਰੀਕ ਹੋਵੇ ਨਾ, ਉਹਦੇ ਵਰਗੇ ਕੋਈ ਦੀਸ ਵੀ ਦੱਸੀ। ਸ਼ੀਤਲ ਇੱਕ ਐਸਾ ਮੈਂ ਸ਼ਖਸ ਦੇਖਿਆ ਹੈ, ਸੰਸਾਰ 'ਤੇ ਵੀ ਪਹੁੰਚ ਜਾਏਗਾ, ਕਿਰਿਆ 'ਤੇ ਵੀ ਪਹੁੰਚ ਜਾਏਗਾ, ਪਰ ਹਰ ਲੋਕ ਸੁੱਖ 'ਤੇ ਜਿਹੜਾ ਹੈ ਪਹੁੰਚਦਾ ਹੈ, ਪਰ ਦੇਵੀ ਕਲਾ ਮੰਦਰ ਦੀ ਸੇਵਾ ਵੀ ਕਰਦੇ ਆ। ਦੇਵੀ ਕਲਾ ਮੰਦਰ ਪ੍ਰਬੰਧਕ ਕਮੇਟੀ ਨੂੰ ਸ਼ੀਤਲ ਵੀ ਦਿਲਜੇਸ਼ ਵੀ ਜੀ ਸਾਰੇ ਬੈਠ ਕੇ ਦਾਨ ਦਿੱਤਾ ਹੈ। ਸੱਤ ਨੇ ਮੰਦਰ ਇੰਡਸਟਰੀਆ ਔਰ ਗੁਰਦੁਆਰੇ ਵਾਸਤੇ, ਪਿੰਗਲਵਾੜਾ ਕੁਸ਼ਟ ਆਸ਼ਰਮ, ਬੜੇ ਬੜੇ ਧਰਮ ਸਥਾਨਾਂ ਵਾਸਤੇ ਬੱਚਿਆਂ ਨੇ ਆਪਣੇ ਪਿਤਾ ਜੀ ਦੇ ਨਾਮ ਉੱਤੇ ਦਾਨ ਦਿੱਤਾ ਹੈ। ਮੈਂ ਤਿੰਨਾਂ ਭਾਈਆਂ ਨੂੰ ਇੱਕੋ ਗੱਲ ਕਹਾਂਗਾ ਕਿ ਆਪਣੀ ਮਾਂ ਦੀ ਸੇਵਾ ਕਰੀਓ ਤਨ ਮਨ ਧਨ ਦੇ ਨਾਲ, ਔਰ ਸੇਵਾ ਦੇ ਨਾਲ ਹੀ ਤੁਹਾਡੇ ਉੱਤੇ ਇੰਨੀ ਕੁ ਪ੍ਰਭੂ ਦੀ ਕਿਰਪਾ ਹੋ ਜਾਏਗੀ, ਜਿਹੜਾ ਇਨਵੈਂਟਰ ਉਹਨਾਂ ਨੇ ਇੰਡਸਟਰੀ ਲਗਾਈ ਹੈ, ਅੱਜ ਆਕਾਸ਼ ਦੀਆਂ ਬੁਲੰਦੀਆਂ 'ਤੇ ਪਹੁੰਚ ਜਾਏਗੀ। ਬਾਕੀ ਗਰਭਵਾਨ ਦੀ ਗਾਥਾ ਹਰਮ ਕੰਮ ਔਰ ਮੋਕਸ਼ ਨੂੰ ਦੇਣ ਵਾਲੀ ਹੈ। ਤੁਸੀਂ ਦੋ ਵਾਰ ਗਾਇਤਰੀ ਮੰਤਰਾਂ ਦਾ ਉਚਾਰਨ ਕਰੋ, ਸ਼ਾਂਤੀ ਪਾਠ ਕਰਕੇ ਆਈ ਪੀ ਐਸ ਗਿਆਨ ਸਭਾ ਨੂੰ ਵਿਸਰਜਨ ਕਰੀਏ। ਲੰਗਰ ਦਾ ਆਯੋਜਨ ਗ੍ਰਹਿਣ ਕਰਨਾ, ਜਲ ਪਾਨ ਗ੍ਰਹਿਣ ਕਰਕੇ ਜਾਣੇ ਕੀ ਕਿਰਪਾਲਤਾ ਕਰਨਾ, ਪੈਸਾ ਦੇਣੇ ਕੀ ਕੋਈ ਕਿਰਪਾਲਤਾ ਨਾ ਕਰੇ। ਕੁੜਮ ਬਰਾਤ ਦੀ ਪਗੜੀ ਜੇਕਰ ਆ ਗਈ ਹੈ, ਸਮੇਂ ਬਹੁਤ ਹੋ ਚੁੱਕਾ ਹੈ ਔਰ ਮੈਂ ਸ਼ਮਾ ਚਾਹੂੰਗਾ, ਕੁਛ ਸਮੇਂ ਲੇਟ ਹੋ ਚੁੱਕਾ ਹੈ। ਪਗੜੀ ਕੀ ਰਸਮ ਕੋ ਅਦਾ ਕਰਕੇ ਆਜ ਕਾ ਕਾਰਜ ਵਿਸਰਜਨ ਕਰੇ। ਓਮ ਗੁਰੂ ਆਹਾ ਸਵਾਹਾ ਸਵਿਤਰ ਵਰੋ ਦੇਵ ਸੈ ਮਾਈ ਯੋ ਨਾ ਸਵਾ ਸਵਿਤਰ ਵਰੋ ਦੇਵ ਸੈ ਯੋ ਨਾ ਸ਼ਾਂਤੀਨੰਦੈ ਸ਼ਿਵੰ ਸ਼ਾਂਤਿ ਪ੍ਰਿਥਵੀ ਸ਼ਾਂਤਿਰਾਪ ਸ਼ਾਂਤਿਰੋਸ਼ਧੇਯ ਸ਼ਾਂਤਿ ਵਨਸਪਤੇਯ ਸ਼ਾਂਤਿ ਵਿਸ਼ਵੇ ਸ਼ਾਂਤਿ ਬ੍ਰਹਮਾ ਸ਼ਾਂਤਿ ਸਰਵੇ ਗੁਮ ਸ਼ਾਂਤਿ ਸ਼ਾਂਤਿ ਦੇਵੈ ਸ਼ਾਂਤਿ ਸਾਮਾ ਸ਼ਾਂਤਿ ਰੇਸ਼ੁ ਸ਼ਾਂਤਿ ਭਵਿਦੋ ਹਰਿਓ ਸ਼ਾਂਤਿ 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 ਭਗਵਾਨ ਕੀ Thank you.
सत्यम नाम साग रिवर मोक्तम कतलिवीं होकर कंदनम सर्वांगे हरिकंदनम स्वर्ण तेज मुक्तावली गोपि स्तरी परि वेष्ट विस्तृति गोपाली सुदामनि लाभ दे यत् पति उसकी लाभ दे वैक आदि पति जराज लक्ष्मी अति पाही मम मह हाँ जी प्यार जो खाओ जी हाँ जी बोलिए प्यार प्यार Bilo. Pa ke nahi. Ha?